अगे वधांगे बैबल कलां विच सिख जथेबंदियां दा मोर्चा जारी रहेगा। 1 सितंबर नूं शहीदी दिहाड़ा मनाया जाएगा। सिख आगुआं दा कहना है ते पंजाब सरकार इंसाफ नहीं दे रही। सीधे तौर ते पंजाब सरकार ते ए इल्जाम लाए ने कि पंजाब सरकार इंसाफ नहीं दे रही, सरकार नूं मुड़ तों चेतावनी दे दित्ती है। स्पीकर संधवा बोले कि कानून अपना काम कर रहा है। बैबल कलां विच सिख जथेबंदियां दा मोर्चा जारी रहेगा ते उत्थे ही शहीदी दिहाड़ा 1 सितंबर नूं मनाया जाएगा। इस दौरान सिख आगुआं दा वी कहना है कि पंजाब सरकार इंसाफ नहीं दे रही, सरकार नूं मुड़ तों इन्हां ने चेतावनी दे दित्ती है कि संघर्ष होर तिखा किया जाएगा। जेकर मंगा ना मनिया गईआं तां संघर्ष होर तिखा किया जाएगा। स्पीकर संधवा इस दौरान बोले कि कानून अपना काम कर रहा है। बैबल कलां विच सिख जथेबंदियां दा मोर्चा इसे तरह जारी रहेगा। 1 सितंबर नूं शहीदी दिहाड़ा मनाया जाएगा। पंजाब सरकार इंसाफ नहीं दे रही है, यह सिख आगुआं दा कहना है। सरकार नूं मुड़ तों इन्हां ने चेतावनी दे दित्ती है कि जेकर जल्द तो जल्द इंसाफ ना दिता गया ता संघर्ष होर तिखा किया जाएगा। इससे स्पीकर संधवा का भी बयान सामने आया, उन्हां मुताबक कानून मुताबक काम हो रहा है। असीं उस दिन भी ऐलान किया सी कि साडी लड़ाई है जिहड़ी सरकार दे नाल उह सिस्टम दे नाल जिहचो सरकारां निकलियां, असीं आपदा पंथ दा कार्ज करांगे, असीं पंथ वर्सिस स्टेट होके चलांगे। असीं आपदे पंथ दे जिन्ने सिख जथेबंदियों के नुमाइंदा सारा नूं नाल लैके अगे जिहड़े पंथ दे प्रोग्राम असीं उह करांगे। सरकार नूं इह कहा होया उह आपदा काम करे। अज असीं चेतावनी रूप च वी कहा, हुण वी कहिंदे आ, तुहाडे माध्यम राहीं वी कहिंदे आ, सरकार इस मसले दा जिन्नी जल्दी हल कर सकदी हल करे, नहीं इह तां है नहीं आ वी लोक वोटां करके इहनां नूं सज़ा देणगे, उदों पहलां वी सज़ा दित्ती जा सकदी। ਉਹ ਵਾਰੀ ਵੱਡੇ ਜਥੇਬੰਦੀਆਂ ਦੇ ਜਿਹੜੇ ਵੱਡੇ ਇਕੱਠ ਕੀਤੇ ਗਏ, ਅੱਜ ਵੀ ਕੀਤਾ ਗਿਆ, ਇਸ ਤੋਂ 15 ਦਿਨ ਪਹਿਲਾਂ ਵੀ ਕੀਤਾ ਗਿਆ ਸੀ, ਔਰ ਸਰਕਾਰ ਦੇ ਨੁਮਾਇੰਦੇ ਜਿਹੜੇ 6 ਮਹੀਨੇ ਦਾ ਸਮਾਂ ਜਿਹੜਾ ਲਗਾਤਾਰ ਮੰਗਦੇ ਸੀ। ਕੀ ਹੁਣ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਤੈਅ ਕੀਤਾ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ 1 ਤਰੀਕ ਨੂੰ ਤੁਹਾਡਾ ਪ੍ਰੋਗਰਾਮ? ਬਿਲਕੁਲ, ਅਸੀਂ ਇਸ ਦੇ ਵਿੱਚ ਜਿੰਨੇ ਜਥੇਬੰਦੀਆਂ ਦੇ, ਦੇਖੋ ਜਿਹੜੇ ਪਿਛਲਾਂ ਦੇ ਆਏ ਸੀ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਆ, ਜਿਹੜੇ ਹੁਣ ਆਏ ਆ, ਜਿਹੜੇ ਪਿਛਲੀ ਵਾਰੀ ਨਹੀਂ ਆਏ ਸੀ ਨਵੇਂ ਆਏ ਆ, ਅਸੀਂ ਸਾਰਿਆਂ ਦੀ ਇੱਕ ਸਾਂਝੀ ਮੀਟਿੰਗ ਵੀ ਬਣਾਵਾਂਗੇ, ਬੁਲਾ ਕੇ ਫਿਰ ਇੱਕ ਵੱਡਾ ਫੈਸਲਾ ਜਿਹੜਾ ਇੱਥੋਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਣਾ ਚਾਹੀਦਾ ਉਹ ਅਸੀਂ ਸਾਰਿਆਂ ਦੇ ਰਾਏ ਮਸ਼ਵਰਾ, ਕਿਉਂਕਿ ਸੰਗਤ ਰੂਪੀ ਗੱਲ ਆ ਤਾਂ ਫਿਰ ਸੰਗਤ ਰੂਪੀ ਹੋਣੀ ਚਾਹੀਦੀ ਆ। 1 ਸਤੰਬਰ ਨੂੰ ਕੀ ਪ੍ਰੋਗਰਾਮ ਹੋਵੇਗਾ? 1 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਅਸੀਂ ਸ਼ਰਧਾ ਨਾਲ ਧੂਮ ਧਾਮ ਨਾਲ ਮਨਾਵਾਂਗੇ। ਇਸੇ ਸਥਾਨ ਤੇ ਮਨਾਇਆ ਇਸੇ ਸਥਾਨ ਤੇ ਮਨਾਇਆ ਜਾਊਗਾ। ਸੰਗਤ ਨੂੰ ਕੋਈ ਅਪੀਲ ਕਰਨਾ ਚਾਹੋਗੇ? ਸੰਗਤ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਸਹਿਯੋਗ ਕਰੋ। ਸਾਰਾ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ, ਠੀਕ ਹੈ, ਕੋਰਟ ਮੋਨੀਟਰਡ ਕਾਰਵਾਈ ਹੈ, ਸੋ ਉਹਦੇ 'ਚ ਕੋਈ ਆਪਾਂ ਨੂੰ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ, ਗੁਰੂ ਸਾਹਿਬ ਮਿਹਰ ਕਰਨਗੇ। ਅੱਗੇ ਵਧਾਂਗੇ। ਨਵਜੋਤ ਸਿੱਧੂ ਖਿਲਾਫ ਦਾਇਰ ਮਾਣਹਾਨੀ ਦਾ ਮੁਕਦਮਾ ਖਾਰਜ ਕਰ ਦਿੱਤਾ ਗਿਆ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਹ ਕੇਸ ਖਾਰਜ ਕਰ ਦਿੱਤਾ ਹੈ। ਡੀਐਸਪੀ ਦਲਸ਼ੇਰ ਸਿੰਘ ਵੱਲੋਂ ਕੇਸ ਕੀਤਾ ਗਿਆ ਸੀ ਤੇ ਸ਼ਿਕਾਇਤਕਰਤਾ ਵੱਲੋਂ ਪੇਸ਼ ਨਾ ਹੋਣ ਕਰਕੇ ਇਸ ਕੇਸ ਨੂੰ ਡਿਸਮਿਸ ਕਰ ਦਿੱਤਾ ਗਿਆ। ਸਿੱਧੂ ਨੇ ਪੁਲਿਸ ਮੁਲਾਜ਼ਮਾਂ ਖਿਲਾਫ ਵਿਵਾਦਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। ਪਰ ਹੁਣ ਨਵਜੋਤ ਸਿੱਧੂ ਨੂੰ ਰਾਹਤ ਮਿਲਦੀ ਜ਼ਰੂਰ ਨਜ਼ਰ ਆ ਰਹੀ ਹੈ ਇੱਥੇ, ਕਿਉਂਕਿ ਮਾਣਹਾਨੀ ਦਾ ਮੁਕੱਦਮਾ ਖਾਰਜ ਕਰ ਦਿੱਤਾ ਗਿਆ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਹ ਕੇਸ ਖਾਰਜ ਕਰ ਦਿੱਤਾ ਹੈ। ਡੀਐਸਪੀ ਦਿਲਸ਼ੇਰ ਸਿੰਘ ਵੱਲੋਂ ਇਹ ਕੇਸ ਕੀਤਾ ਗਿਆ ਸੀ ਤੇ ਸ਼ਿਕਾਇਤਕਰਤਾ ਵੱਲੋਂ ਪੇਸ਼ ਨਾ ਹੋਣ ਕਰਕੇ ਇਸ ਕੇਸ ਨੂੰ ਡਿਸਮਿਸ ਕਰ ਦਿੱਤਾ ਗਿਆ। ਸਿੱਧੂ ਨੇ ਪੁਲਿਸ ਮੁਲਾਜ਼ਮਾਂ ਖਿਲਾਫ ਵਿਵਾਦਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਇੱਕ ਕੇਸ ਦਰਜ ਕਰਵਾਇਆ ਗਿਆ ਸੀ, ਪਟੀਸ਼ਨ ਪਾਈ ਗਈ ਸੀ, ਪਰ ਹੁਣ ਇਸ ਨੂੰ ਖਾਰਜ ਕਰ ਦਿੱਤਾ ਗਿਆ। ਡੀਐਸਪੀ ਦਿਲਸ਼ੇਰ ਸਿੰਘ ਵੱਲੋਂ ਇਹ ਕੇਸ ਕੀਤਾ ਗਿਆ ਸੀ। ਨਵਜੋਤ ਸਿੰਘ ਸਿੱਧੂ ਨੂੰ ਇਹ ਵੱਡੀ ਰਾਹਤ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ। ਨਵਜੋਤ ਸਿੱਧੂ ਖਿਲਾਫ ਦਾਇਰ ਮਾਣਹਾਨੀ ਦਾ ਮੁਕੱਦਮਾ ਖਾਰਜ ਕਰ ਦਿੱਤਾ ਗਿਆ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਹ ਕੇਸ ਖਾਰਜ ਕਰ ਦਿੱਤਾ ਹੈ।